ਪੁਲਿਸ ਦੇ ਸ਼ਿਕੰਜੇ ਦੇ ਵਿੱਚ ਤੁਰੀਆਂ ਆ ਰਹੀਆਂ ਇਹ ਕੁੜੀਆਂ ਉਹ ਨੇ ਜੋ ਪੈਸੇ ਲੈ ਕੇ ਜਿਸਮ ਵੇਚਦੀਆਂ ਸੀ। ਤਾਂ ਪੁਲਿਸ ਦੇ ਵੱਲੋਂ ਇੱਕ ਸਪਾ ਸੈਂਟਰ ਦੇ ਵਿੱਚ ਰੇਡ ਕੀਤੀ ਗਈ, ਜਿੱਥੇ 4 ਵਿਦੇਸ਼ੀ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਉੱਥੇ ਹੀ 8 ਨੌਜਵਾਨਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਨੇ ਇੱਥੋਂ ਦੇ ਮਾਲਕ ਅਤੇ ਮੈਨੇਜਰ 'ਤੇ ਪਰਚਾ ਦਰਜ ਕੀਤਾ। ਇੱਕ ਨੂੰ ਇਸ ਮੌਕੇ ਗ੍ਰਿਫਤਾਰ ਕੀਤਾ ਗਿਆ। ਤਾਂ ਬਠਿੰਡਾ ਦੇ ਵਿੱਚ ਸਪਾ ਸੈਂਟਰ ਦੀ ਆੜ ਦੇ ਵਿੱਚ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਥਾਈਲੈਂਡ ਦੀਆਂ ਰਹਿਣ ਵਾਲੀਆਂ 4 ਵਿਦੇਸ਼ੀ ਲੜਕੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ। ਦੱਸਦੀਏ ਕਿ ਪੁਲਿਸ ਦੇ ਵੱਲੋਂ 8 ਨੌਜਵਾਨਾਂ ਨੂੰ ਵੀ ਫੜਿਆ ਗਿਆ ਹੈ। ਬਠਿੰਡਾ ਸ਼ਹਿਰ ਦੇ ਅੰਦਰ ਬਹੁਤ ਸਾਰੇ ਇਸ ਤਰੀਕੇ ਦੇ ਸਪਾ ਸੈਂਟਰ ਚੱਲ ਰਹੇ ਨੇ, ਜਿੱਥੇ ਪੈਸੇ ਲੈ ਕੇ ਇਹ ਕੁੜੀਆਂ ਜਿਸਮ ਵੇਚਦੀਆਂ ਨੇ। ਬਠਿੰਡਾ ਦੇ ਨੌਰਥ ਸਟੇਟ ਦੇ ਵਿੱਚ ਇੱਕ ਸਪਾ ਸੈਂਟਰ ਦੇ ਉੱਤੇ 4 ਵਿਦੇਸ਼ੀ ਲੜਕੀਆਂ 4 ਲੜਕਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਭਾਵੇਂ ਕਿ SHO ਦੇ ਵੱਲੋਂ 1 ਤੇ ਮਾਮਲਾ ਦਰਜ ਕਰਨ ਦੀ ਗੱਲ ਕਹੀ ਗਈ ਹੈ, ਪਰ ਤਸਵੀਰਾਂ ਦੇ ਵਿੱਚ 8 ਲੋਕਾਂ ਨੂੰ ਮੌਕੇ ਤੋਂ ਹਿਰਾਸਤ ਵਿੱਚ ਲਿਆ ਗਿਆ। ਮੌਕੇ ਤੇ ਪਹੁੰਚੇ SHO ਨੇ ਪੂਰੀ ਜਾਣਕਾਰੀ ਦਿੰਦੇ ਹੋਏ ਇਸ ਗੱਲ ਦਾ ਖੁਲਾਸਾ ਕੀਤਾ। ਹਾਂਜੀ, ਆਪਾਂ ਇੱਕ ਇਮੋਰਲ ਟ੍ਰੈਫਿਕਿੰਗ ਦਾ ਪਰਚਾ ਰਜਿਸਟਰ ਕਰ ਰਹੇ ਹਾਂ ਆਪਣੇ ਜਿਹੜੇ ਓਨਰ ਹੈ ਤੇ ਆਪਣੇ ਜਿਹੜੇ ਇਥੋਂ ਮੈਨੇਜਰ ਉਹਨਾਂ ਦੇ ਖਿਲਾਫ। ਕਿੰਨੇ ਬੰਦੇ ਗ੍ਰਿਫਤਾਰ ਕੀਤੇ ਜੀ? ਆਪਾਂ ਜੀ ਬੇਸਿਕਲੀ ਤਾਂ ਫਿਲਹਾਲ 1 ਬੰਦਾ ਗ੍ਰਿਫਤਾਰ ਕੀਤਾ, ਬਾਕੀ ਜਿਹੜੀਆਂ ਲੜਕੀਆਂ ਰਿਕਵਰ ਹੋਈਆਂ ਨੇ ਉਹ ਨੇ। ਲੜਕੀਆਂ ਜੀ ਆਪਣੀਆਂ ਵਿਦੇਸ਼ੀ ਨੇ, ਥਾਈਲੈਂਡ ਦੀਆਂ। ਕਿੰਨੇ ਸਲੂਨ ਸੀ ਇਹਨਾਂ ਦੇ? ਕਿੰਨੇ ਫਿਲਹਾਲ ਤਾਂ ਅਸੀਂ 1 ਤੇ ਰੇਡ ਕੀਤੀ ਹੈ, ਸਾਨੂੰ 1 ਪਤਾ। ਕਿਹੜਾ ਸਲੂਨ ਹੈ ਇਹ ਜੀ? ਬਲੌਸਮ ਡੇ ਸਪਾ ਜੀ। ਪੁਲਿਸ ਦੇ ਸ਼ਿਕੰਜੇ ਦੇ ਵਿੱਚ ਤੁਰੀਆਂ ਆ ਰਹੀਆਂ ਇਹ ਕੁੜੀਆਂ ਉਹ ਨੇ ਜੋ ਪੈਸੇ ਲੈ ਕੇ ਜਿਸਮ ਵੇਚਦੀਆਂ ਸੀ। ਤਾਂ ਪੁਲਿਸ ਦੇ ਵੱਲੋਂ ਇੱਕ ਸਪਾ ਸੈਂਟਰ ਦੇ ਵਿੱਚ ਰੇਡ ਕੀਤੀ ਗਈ, ਜਿੱਥੇ 4 ਵਿਦੇਸ਼ੀ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਉੱਥੇ ਹੀ 8 ਨੌਜਵਾਨਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਨੇ ਇੱਥੋਂ ਦੇ ਮਾਲਕ ਅਤੇ ਮੈਨੇਜਰ 'ਤੇ ਪਰਚਾ ਦਰਜ ਕੀਤਾ। 1 ਨੂੰ ਇਸ ਮੌਕੇ ਗ੍ਰਿਫਤਾਰ ਕੀਤਾ ਗਿਆ। ਤਾਂ ਬਠਿੰਡਾ ਦੇ ਵਿੱਚ ਸਪਾ ਸੈਂਟਰ ਦੀ ਆੜ ਦੇ ਵਿੱਚ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਥਾਈਲੈਂਡ ਦੀਆਂ ਰਹਿਣ ਵਾਲੀਆਂ 4 ਵਿਦੇਸ਼ੀ ਲੜਕੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ। ਦੱਸਦੀਏ ਕਿ ਪੁਲਿਸ ਦੇ ਵੱਲੋਂ 8 ਨੌਜਵਾਨਾਂ ਨੂੰ ਵੀ ਫੜਿਆ ਗਿਆ ਹੈ। ਬਠਿੰਡਾ ਸ਼ਹਿਰ ਦੇ ਅੰਦਰ ਬਹੁਤ ਸਾਰੇ ਇਸ ਤਰੀਕੇ ਦੇ ਸਪਾ ਸੈਂਟਰ ਚੱਲ ਰਹੇ ਨੇ, ਜਿੱਥੇ ਪੈਸੇ ਲੈ ਕੇ ਇਹ ਕੁੜੀਆਂ ਜਿਸਮ ਵੇਚਦੀਆਂ ਨੇ। ਬਠਿੰਡਾ ਦੇ ਨੌਰਥ ਸਟੇਟ ਦੇ ਵਿੱਚ ਇੱਕ ਸਪਾ ਸੈਂਟਰ ਦੇ ਉੱਤੇ 4 ਵਿਦੇਸ਼ੀ ਲੜਕੀਆਂ 4 ਲੜਕਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਭਾਵੇਂ ਕਿ SHO ਦੇ ਵੱਲੋਂ 1 ਤੇ ਮਾਮਲਾ ਦਰਜ ਕਰਨ ਦੀ ਗੱਲ ਕਹੀ ਗਈ ਹੈ, ਪਰ ਤਸਵੀਰਾਂ ਦੇ ਵਿੱਚ 8 ਲੋਕਾਂ ਨੂੰ ਮੌਕੇ ਤੋਂ ਹਿਰਾਸਤ ਵਿੱਚ ਲਿਆ ਗਿਆ। ਮੌਕੇ ਤੇ ਪਹੁੰਚੇ SHO ਨੇ ਪੂਰੀ ਜਾਣਕਾਰੀ ਦਿੰਦੇ ਹੋਏ ਇਸ ਗੱਲ ਦਾ ਖੁਲਾਸਾ ਕੀਤਾ। ਹਾਂਜੀ, ਆਪਾਂ ਇੱਕ ਇਮੋਰਲ ਟ੍ਰੈਫਿਕਿੰਗ ਦਾ ਪਰਚਾ ਰਜਿਸਟਰ ਕਰ ਰਹੇ ਹਾਂ ਆਪਣੇ ਜਿਹੜੇ ਓਨਰ ਹੈ ਤੇ ਆਪਣੇ ਜਿਹੜੇ ਇਥੋਂ ਮੈਨੇਜਰ ਉਹਨਾਂ ਦੇ ਖਿਲਾਫ। ਕਿੰਨੇ ਬੰਦੇ ਗ੍ਰਿਫਤਾਰ ਕੀਤੇ ਜੀ? ਆਪਾਂ ਜੀ ਬੇਸਿਕਲੀ ਤਾਂ ਫਿਲਹਾਲ 1 ਬੰਦਾ ਗ੍ਰਿਫਤਾਰ ਕੀਤਾ, ਬਾਕੀ ਜਿਹੜੀਆਂ ਲੜਕੀਆਂ ਰਿਕਵਰ ਹੋਈਆਂ ਨੇ ਉਹ ਨੇ। ਲੜਕੀਆਂ ਜੀ ਆਪਣੀਆਂ ਵਿਦੇਸ਼ੀ ਨੇ, ਥਾਈਲੈਂਡ ਦੀਆਂ। ਕਿੰਨੇ ਸਲੂਨ ਸੀ ਇਹਨਾਂ ਦੇ? ਕਿੰਨੇ ਫਿਲਹਾਲ ਤਾਂ ਅਸੀਂ 1 ਤੇ ਰੇਡ ਕੀਤੀ ਹੈ, ਸਾਨੂੰ 1 ਪਤਾ। ਕਿਹੜਾ ਸਲੂਨ ਹੈ ਇਹ ਜੀ? ਬਲੌਸਮ ਡੇ ਸਪਾ ਜੀ।